ब्रॉडवे तुहाडे विदेश जाण दे सुपनियां नूं देवेगा हकीकत दी उड़ान। नमस्कार दोस्तों, जो दोस्त ब्रॉडवे इमिग्रेशन की सर्विसेज लेना चाहते हैं वो कैसे हमारे साथ कांटेक्ट कर सकते हैं उसके लिए मैं आपको शुरू में जरूर बताऊंगा। सो यू जस्ट हैव टू फॉलो थ्री स्टेप्स, अ सिंपल थ्री स्टेप्स। नंबर वन, यू नीड टू विजिट आवर वेबसाइट broadwaystudy.com। नंबर टू, यू नीड टू फिल अ फॉर्म। वेबसाइट पे एक फॉर्म होगा, यू हैव टू फिल योर नेम, नंबर एंड द कंट्री यू विश टू ट्रेवल। एंड नंबर थ्री, उसके बाद जब आप फॉर्म सबमिट करेंगे यू कैन सी आवर ऑनलाइन काउंसलर्स आउट देयर। यू कैन सेलेक्ट योर काउंसलर बाय जस्ट क्लिकिंग एनी वन ऑफ देम एंड द वीडियो कॉल विल स्टार्ट ऑटोमेटिकली। जैसे ही आप किसी एक काउंसलर के नाम पे क्लिक करेंगे वो वीडियो कॉल अपने आप ऑटोमेटिकली स्टार्ट हो जाएगी। सो एनीवेयर फ्रॉम इंडिया, आउटसाइड इंडिया, यू विश टू टेक अ ब्रॉडवे इमिग्रेशन सर्विसेज, यू कैन अप्लाई विद अस ऑनलाइन फ्रॉम योर होम, फ्रॉम योर कंट्री। थैंक यू। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਸਟ੍ਰੇਲੀਆ ਦੀ। ਆਸਟ੍ਰੇਲੀਆ ਬਹੁਤ ਹੀ ਗਰਮਜੋਸ਼ੀ ਨਾਲ ਪਲੈਨਿੰਗ ਕਰ ਰਿਹਾ ਸਟੂਡੈਂਟਸ ਨੂੰ ਆਸਟ੍ਰੇਲੀਆ ਲਿਜਾਉਣ ਦੀ। ਕਿਸ ਤਰੀਕੇ ਦੀ ਤਿਆਰੀ ਹੈ ਤੇ ਕਦੋਂ ਤੱਕ ਇਹਦੇ ਪਲਾਨਸ ਇੰਪਲੀਮੈਂਟ ਹੁੰਦੇ ਵਿਖ ਜਾਣਗੇ? ਖਾਸ ਕਰਕੇ ਵਿਕਟੋਰੀਆ ਚ ਸੁਣਨ ਨੂੰ ਆਇਆ ਕਿ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਚੱਲ ਰਹੀ ਹੈ ਤੇ ਸਭ ਤੋਂ ਪਹਿਲਾਂ ਵਿਕਟੋਰੀਆ ਪ੍ਰੋਵਿੰਸ ਜਿਹੜਾ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਲੈ ਕੇ ਜਾਏਗਾ। ਗੱਲਬਾਤ ਕਰਨ ਲਈ ਮੌਜੂਦ ਨੇ ब्रॉडवे इमिग्रेशन दे सीनियर कंसल्टेंट जगप्रीत सिंह जी। जगप्रीत जी स्वागत। थैंक यू दीपक जी, और इस वीडियो नु देख रहे सारे दर्शकों नु मेरे वालों प्यार भरी सत श्री अकाल। जगप्रीत जी, सब तो पहला तो स्टूडेंट्स नु ये जानकारी दियो कि प्रेजेंट सिनेरियो ऑस्ट्रेलिया दा की चल रहा है एज फार एज ट्रैवल इज कंसर्न्ड। बिल्कुल दीपक जी, ट्रैवल तो पहला मैं एक चीज स्टूडेंट्स नु दसना चाहवांगा कि वीजा सक्सेस रेट जेड़ा वो बहुत वधिया चल रहा है ऑस्ट्रेलिया दे विच। ਹੁਣ ਜਿਹੜਾ ਨੀਅਰੈਸਟ ਇਨਟੇਕ ਅਵੇਲੇਬਲ ਹੈ ਉਹ ਹੈਗਾ ਫੈਬਰੀ। ਸੋ ਫੈਬਰੀ ਦੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਸਟਾਰਟ ਨੇ। ਹੁਣ ਜਿਹੜਾ ਇਹਦੇ ਨਾਲ ਕੰਸਰਨ ਜੁੜਿਆ ਹੋਇਆ ਸਭ ਤੋਂ ਜ਼ਿਆਦਾ ਵੱਡਾ ਕੰਸਰਨ ਜਿਹੜਾ ਸਟੂਡੈਂਟਸ ਦਾ ਉਹ ਹੈ ਜੀ ਟਰੈਵਲ ਨੂੰ ਲੈ ਕੇ। ਸੋ ਡੈਫੀਨੇਟਲੀ ਟਰੈਵਲ ਦੇ ਉੱਤੇ ਆਪਾਂ ਦੇਖਿਆ ਵੀ ਹੈ ਕਿ ਸਾਡੀਆਂ ਸਰਾਊਂਡਿੰਗ ਕੰਟਰੀਜ਼ ਤੋਂ ਲਾਈਕ ਜਿਹਦੇ ਵਿੱਚ ਇੰਡੋਨੇਸ਼ੀਆ ਵੀ ਹੈ, ਜਪਾਨ ਤੋਂ ਵੀ ਸਟੂਡੈਂਟਸ ਗਏ ਨੇ, ਚਾਈਨਾ ਤੋਂ ਵੀ ਗਏ ਨੇ। ਸੋ ਡੈਫੀਨੇਟਲੀ ਟਰੈਵਲ ਦੇ ਉੱਤੇ ਹੁਣ ਜਿਹੜਾ ਆਸਟ੍ਰੇਲੀਆ ਉਹ ਕਾਫੀ ਪ੍ਰੋਵੀਜ਼ਨਸ ਲੈ ਰਿਹਾ, ਬਹੁਤ ਹੀ ਇੱਕ ਫਾਸਟ ਟਰੈਕ ਪ੍ਰੋਸੈਸ ਚਲਾ ਰਿਹਾ ਜਿਹਦੇ ਵਿੱਚ ਉਹ ਸਟੂਡੈਂਟਸ ਨੂੰ ਟਰੈਵਲ ਕਰਵਾਉਣ ਦੇ ਉੱਤੇ ਚੱਲ ਰਿਹਾ, ਜਿਹਦੇ ਵਿੱਚ ਕਈ ਯੂਨੀਵਰਸਿਟੀਜ਼ ਨੇ ਇਵਨ ਚਾਰਟਰਡ ਫਲਾਈਟਸ ਦੇ ਜ਼ਰੀਏ ਵੀ ਆਪਣੇ ਸਟੂਡੈਂਟਸ ਨੂੰ ਟਰੈਵਲ ਕਰਵਾਇਆ। ਹੁਣ ਇਹਦੇ ਨਾਲ ਜੋ ਲੇਟੈਸਟ ਅਪਡੇਟ ਜੁੜਿਆ ਹੋਇਆ, ਸੋ ਇਹਦੇ ਵਿੱਚ ਅਗਰ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਆਲਰੇਡੀ ਇਸ ਪ੍ਰੋਸੈਸ ਦੇ ਵਿੱਚ ਸੀ ਸਟੂਡੈਂਟਸ ਨੂੰ ਟਰੈਵਲ ਕਰਵਾਉਣ ਦੇ। ਉਸ ਤੋਂ ਬਾਅਦ ਹੁਣ ਕਿਊ ਦੇ ਵਿੱਚ ਜਿਹੜੀਆਂ ਸੈਕਿੰਡ ਤੋਂ ਥਰਡ ਟੈਰੀਟਰੀਜ਼ ਆਈਆਂ ਨੇ ਉਹਦੇ ਵਿੱਚ ਹੈ ਜੀ ਵਿਕਟੋਰੀਆ। ਸੋ ਵਿਕਟੋਰੀਆ ਤੋਂ ਬਹੁਤ ਲੰਬੇ ਸਮੇਂ ਤੋਂ ਸਟੂਡੈਂਟਸ ਨੂੰ ਇੱਕ ਉਮੀਦ ਜੁੜੀ ਹੋਈ ਸੀ ਕਿ ਮੈਲਬਰਨ ਦੇ ਵਿੱਚ ਕਦੋਂ ਟਰੈਵਲ ਕੀਤਾ ਜਾਊਗਾ। ਸੋ ਡੈਫੀਨੇਟਲੀ ਇੱਥੇ ਆ ਕੇ ਹੁਣ ਵਿਕਟੋਰੀਆ ਦੇ ਵਿੱਚ ਜਿਹੜੇ ਐਜੂਕੇਸ਼ਨ ਪ੍ਰੋਵਾਈਡਰਸ ਨੇ, ਯਾਨੀ ਕਿ ਜਿਹੜੀਆਂ ਉੱਥੋਂ ਦੀਆਂ ਯੂਨੀਵਰਸਿਟੀਜ਼ ਨੇ, ਉਹਨਾਂ ਨੇ ਕੋਲੈਬੋਰੇਟ ਕੀਤਾ ਸਟੂਡੈਂਟ ਅਕੋਮੋਡੇਸ਼ਨ ਏਜੰਸੀਜ਼ ਦੇ ਵਿੱਚ। ਆਮ ਤੌਰ ਤੇ ਕੀ ਹੈ ਕਿ ਸਟੂਡੈਂਟ ਜਿਹੜੇ ਆ ਹੋਟਲਸ ਦੇ ਵਿੱਚ ਕੁਆਰੰਟਾਈਨ ਹੋ ਰਹੇ ਸੀ ਜਾਂ ਯੂਨੀਵਰਸਿਟੀ ਅਕੋਮੋਡੇਸ਼ਨ 'ਚ ਹੋ ਰਹੇ ਸੀ, ਬਟ ਉਹ ਅਕੋਮੋਡੇਸ਼ਨ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੋ ਪਾ ਰਹੀਆਂ ਸੀ। ਸੋ ਇਹਦੇ ਵਿੱਚ ਹੁਣ ਐਜੂਕੇਸ਼ਨ ਪ੍ਰੋਵਾਈਡਰਸ ਨੇ ਕੋਲੈਬੋਰੇਟ ਕਰਕੇ ਇੱਕ ਪ੍ਰੋਵੀਜ਼ਨ ਦਿੱਤਾ ਵਿਕਟੋਰੀਆ ਗਵਰਨਮੈਂਟ ਨੂੰ। ਸੋ ਜਿਹਦੇ ਉੱਤੇ ਰਿਜ਼ਲਟ ਆਪਾਂ ਨੂੰ ਜਲਦ ਦੇਖਣ ਨੂੰ ਮਿਲੂਗਾ। ਉਹ ਪ੍ਰੋਵੀਜ਼ਨਸ ਨੂੰ ਪੂਰਾ ਅਸੈਸ ਕੀਤਾ ਜਾ ਰਿਹਾ ਕਿ ਅਕੋਮੋਡੇਸ਼ਨ ਫੈਸਿਲਿਟੀਜ਼ ਰਹਿਣਗੀਆਂ, ਕਿਸ ਤਰੀਕੇ ਨਾਲ ਸਟੂਡੈਂਟਸ ਨੂੰ ਕੁਆਰੰਟਾਈਨ ਕੀਤਾ ਜਾਊਗਾ। ਸੋ ਪ੍ਰੋਬੇਬਲੀ ਬਹੁਤ ਜ਼ਿਆਦਾ ਵੱਡੀ ਉਮੀਦ ਕੀਤੀ ਜਾ ਰਹੀ ਹੈ ਕਿ ਵਿਕਟੋਰੀਆ ਦੇ ਵਿੱਚ ਜਨਵਰੀ ਦੇ ਵਿੱਚ ਕਾਫੀ ਹਿਊਜ ਅਮਾਊਂਟ ਦੇ ਵਿੱਚ ਫਰੈਸ਼ ਔਰ ਰਿਟਰਨਿੰਗ ਸਟੂਡੈਂਟਸ ਜਿਹੜੇ ਨੇ ਉਹ ਟਰੈਵਲ ਕਰਨਗੇ। ਜਗਪ੍ਰੀਤ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਵੀਜ਼ਾ ਸਕਸੈਸ ਰੇਟ ਇਸ ਵਕਤ ਆਸਟ੍ਰੇਲੀਆ ਦਾ ਬਹੁਤ ਵਧੀਆ, ਕਿਤੇ ਨਾ ਕਿਤੇ ਡਾਇਰੈਕਟ ਸਾਈਨ ਹੈ ਕਿ ਆਸਟ੍ਰੇਲੀਆ ਤਿਆਰੀ ਕਰ ਰਿਹਾ, ਇਸੇ ਕਰਕੇ ਵੀਜ਼ਾ ਜਿਹੜੇ ਨੇ ਉਹ ਬਹੁਤ ਵਧੀਆ ਰੇਟ ਲੱਗ ਰਹੇ ਨੇ। ਉਸ ਤੋਂ ਬਾਅਦ ਤੁਸੀਂ ਹੁਣ ਪ੍ਰੈਜੈਂਟ ਸਿਨੈਰੀਓ ਨੂੰ ਦੇਖਦੇ ਹੋਏ ਸਟੂਡੈਂਟਸ ਨੂੰ ਕੀ ਗਾਈਡ ਕਰੋਗੇ ਕਿ ਉਹ ਕਿਹੜੇ ਇਨਟੇਕ ਲਈ ਅਪਲਾਈ ਕਰਨਗੇ, ਉਹਨਾਂ ਨੂੰ ਕੁਝ ਹੱਦ ਤੱਕ ਸ਼ਿਓਰਟੀ ਰਵੇ ਕਿ ਉਹ ਅਪਲਾਈ ਕਰਨ? ਬਿਲਕੁਲ ਦੀਪਕ ਜੀ, ਜਿਵੇਂ ਮੈਂ ਪਹਿਲਾਂ ਟਰੈਵਲ ਨੂੰ ਲੈ ਕੇ, ਕਿਉਂਕਿ ਹਰ ਸਟੂਡੈਂਟ ਦੇ ਅਪਲਾਈ ਕਰਨ ਤੋਂ ਪਹਿਲਾਂ ਉਹਦਾ ਇੱਕ ਕੁਐਸਚਨ ਹੁੰਦਾ ਕਿ ਉਸ ਕੰਟਰੀ ਦੇ ਵਿੱਚ ਟਰੈਵਲ ਹੋ ਸਕਦਾ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਨਿਊ ਸਾਊਥ ਵੇਲਸ ਦੇ ਵਿੱਚ ਆਲਰੇਡੀ ਟਰੈਵਲ ਚੱਲ ਰਿਹਾ, ਵਿਕਟੋਰੀਆ ਵੀ ਉਸ ਕਿਊ ਦੇ ਵਿੱਚ ਆ ਚੁੱਕਾ, ਔਰ ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਸਦਰਨ ਆਸਟ੍ਰੇਲੀਆ ਔਰ ਵੈਸਟਰਨ ਆਸਟ੍ਰੇਲੀਆ ਦੀ, ਜਿਹਦੇ ਵਿੱਚ ਐਡਲੇਡ
और पर्थ वर्गे सिटीज आउंदे ने उन्हां दीआं एप्लीकेशनस भी जिहड़ियां क्यू दे विच लग चुकियां ने। सो इत्थे आपां बिल्कुल पॉजिटिव होके फैब इनटेक दे लई अप्लाई कर सकदे आ, बिकॉज आपां नूं जनवरी मंथ दे विच काफ़ी ह्यूज अमाउंट दे विच ट्रैवलर्स जिहड़े ने खास तौर पर स्टूडेंट वह देखण नूं मिलणगे और स्टूडेंट फैब दे विच यूनिवर्सिटी अपनियां क्लासेस लगा सकणगे। सो डेफिनेटली फैब तो बाद जिहड़ा इनटेक है वह जुलाई भी अवेलेबल है, बट कई बार की आप देखते हैं कि आस्ट्रेलिया दे विच गैप नूं बहुत ज़्यादा ध्यान में रखा जाता है। सो जिहड़े स्टूडेंट ऑलरेडी वन ईयर तो उपर हो चुके हैं उन्होंने प्रैफरेबली फैब इनटेक जिहड़ा बैटर है अपनी एप्लीकेशन नूं प्रोसैस करन दे। सो जिमें कि जगप्रीत जी ने दसिया कि बहुत ही ब्राइट संभावनावां ने कि छेती ही ट्रैवल जिहड़ी ऑप्शनज ने आस्ट्रेलिया वालों खोल दित्तियां जाणगियां। सो तुसीं अपना फैसला इन्हां संभावनावां नूं वेखदे हुए लै सकदे हो। जो भी आस्ट्रेलिया नाल रिलेटिड अपडेट होणगे उहदे ते जगप्रीत जी रेगूलरली थोनों वीडियोज़ लैके आउंदे रहणगे। वध तों वध चैनल नूं सबसक्राइब करो ताकि लेटैसट अपडेट थोनों मिलते रहन। धन्यवाद। थैंक यू जी। ब्रॉडवे तुहाडे विदेश जाण दे सुपनिआं नूं देवेगा हकीकत दी उड़ान।